ਗਲੇ ਚ ਬਲਬ ਦੀ ਮਾਲਾ ਅਤੇ ਲਾਈਨ ਚ ਟੈਰ ਰੱਖ ਲਈ ਅੱਗ। ਤਸਵੀਰਾਂ ਨੇ ਬਠਿੰਡਾ ਦੇ ਪਰਸ ਰਾਮ ਨਗਰ ਚੌਂਕ ਦੀਆਂ, ਜਿੱਥੇ ਅਨੋਖੇ ਤਰੀਕੇ ਨਾਲ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ ਦੇ ਖਿਲਾਫ ਰੋਸ ਜਤਾਇਆ ਜਾ ਰਿਹਾ। ਵਿਰੋਧ ਜ਼ਾਹਰ ਕਰ ਰਿਹਾ ਇਹ ਸ਼ਖਸ ਸਾਬਕਾ ਪਾਰਸ਼ਦ ਹੈ ਅਤੇ ਇਲਜ਼ਾਮ ਲਾਏ ਨੇ ਬਿਜਲੀ ਮਹਿਕਮੇ ਵੱਲੋਂ ਪਿਛਲੇ 3 ਸਾਲਾਂ 'ਚ 14 ਵਾਰ ਬਿਜਲੀ ਮਹਿੰਗੀ ਕਰਨ ਦੇ। ਇਲਜ਼ਾਮ ਲਾਏ ਗਏ ਕਿ ਚੋਣ ਮਨੋਰਥ ਪੱਤਰ 'ਚ ਤਾਂ ਕਿਹਾ ਗਿਆ ਸੀ ਕਿ ਸਸਤੀ ਬਿਜਲੀ ਮਿਲੇਗੀ, ਪਰ ਹੁਣ ਬਿਜਲੀ ਦੇ ਭਾਅ ਅਸਮਾਨ ਛੂਹ ਰਹੇ ਨੇ ਅਤੇ ਆਮ ਆਦਮੀ ਦਾ ਮਹਿੰਗਾਈ ਨੇ ਲੱਕ ਤੋੜ ਦਿੱਤਾ। ਬਿਜਲੀ ਦੇ ਬਿੱਲ ਆ ਜਿਹੜੇ ਬਹੁਤ ਜ਼ਿਆਦਾ ਵੱਧ ਚੁੱਕੇ ਆ, ਕਿਉਂਕਿ ਕੈਪਟਨ ਸਾਹਿਬ ਨੇ 3 ਸਾਲ ਪਹਿਲਾਂ ਇੱਕ ਲਲਕਾਰ ਰੈਲੀ ਦੇ ਵਿੱਚ ਬਠਿੰਡੇ ਵਿੱਚ ਹੀ ਕਿਹਾ ਸੀ ਮੈਂ 4 ਰੁਪਏ ਯੂਨਿਟ ਦਊਂਗਾ, ਅੱਜ 9 ਰੁਪਏ ਯੂਨਿਟ ਹੋ ਗਿਆ, 30 ਪੈਸੇ ਯੂਨਿਟ ਵਧਾਤਾ, ਅਤੇ ਅਪ੍ਰੈਲ ਦੇ ਅੰਦਰ 1 ਰੁਪਿਆ ਫਿਰ ਬਦਲਣ ਦਾ ਜਿਹੜਾ ਪ੍ਰਸਤਾਵ ਆ ਪਾਸ ਹੋ ਚੁੱਕਿਆ। ਇਹਦਾ ਮਤਲਬ ਹਿੰਦੁਸਤਾਨ ਦੇ ਅੰਦਰ ਸਭ ਤੋਂ ਜ਼ਿਆਦਾ ਮਹਿੰਗੀ ਬਿਜਲੀ ਪੰਜਾਬ ਦੇ ਅੰਦਰ ਹੈ। ਜਿਹੜੇ 4 ਰੁਪਏ ਯੂਨਿਟ ਲੈਣ ਦਾ ਵਾਅਦਾ ਕਰਦੇ ਸੀ ਉਹ 10 ਰੁਪਈਏ। ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਦੇ ਹੱਕ ਲਈ ਸੜਕਾਂ 'ਤੇ ਆਓ। ਮੈਂ ਤਾਂ ਜੱਗ ਦੇ ਵਿੱਚ ਬੈਠ ਕੇ ਪ੍ਰਦਰਸ਼ਨ ਕੀਤਾ, ਤੁਹਾਡੇ ਮੰਗਾਂ ਜਿਹੜੀਆਂ ਤੁਹਾਡੇ ਹੱਕ ਆ, ਤੁਸੀਂ ਘਰਾਂ 'ਚ ਬੈਠੇ ਹੋ, ਘਰਾਂ 'ਚ ਬੈਠੇ ਨਾਲ ਕੁਛ ਨਹੀਂ ਹੋਣਾ, ਲੜਾਈ ਲੜਨੀ ਪੈਣੀ ਹੈ। ਆ ਜਿਹੜੇ ਲੰਬੇ ਲੰਬੇ ਬਿੱਲ ਹੈ ਬਿਜਲੀ ਦੇ, ਇਹ ਤਾਂ ਹੀ ਬੰਦ ਹੋਣਗੇ ਜੇ ਤੁਸੀਂ ਆਪਦੀਆਂ ਲੜਾਈਆਂ ਲੜੋਗੇ। ਬਿਜਲੀ ਮਹਿੰਗੀ ਹੋਣ ਤੋਂ ਬਾਅਦ ਸਿਆਸਤਦਾਨਾਂ ਤੋਂ ਲੈ ਕੇ ਆਮ ਆਦਮੀ ਵੀ ਵਿਰੋਧ ਜਤਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਤਾਂ ਬਿਜਲੀ ਅੰਦੋਲਨ ਵੀ ਵਿੱਢਿਆ ਹੋਇਆ ਅਤੇ ਅਕਾਲੀ ਦਲ ਵੀ ਇਸ ਦੀ ਤਿਆਰੀ ਵਿੱਚ ਹੈ। ਫਤਿਹਗੜ੍ਹ ਸਾਹਿਬ ਤੋਂ ਹਰਪ੍ਰੀਤ ਸਿੰਘ ਦੇ ਨਾਲ ਗੋਬਿੰਦ ਸੈਣੀ, ਜ਼ੀ ਮੀਡੀਆ, ਬਠਿੰਡਾ।